ਅੱਲਾ ਉਹ ਨਹੀਂ ਬਾਬਾ ਜੀ ਕਹਿ ਦਿਓ ਝੂਠੇ ਬਾਬਾ ਕਿਉਂ ਝੂਠੇ ਬੱਚਿਆ ਸਾਡੇ ਮੌਕਲ ਝੂਠ ਨਹੀਂ ਬੋਲਦੇ ਦੱਸ ਜਮੀ ਸੱਚੇ ਬੱਚਿਆ ਸੱਚੇ ਇਹ ਫਰਾ ਦਾ ਨਾ ਹੀ ਮਨੂਸੇ ਤੇਰੇ ਲਈ ਠੀਕ ਹੈ ਬਾਬਾ ਜੀ ਅਗਰ ਤੁਸੀਂ ਇਹ ਕਹਿੰਦੇ ਹੋ ਤਾਂ ਮੈਂ ਫਰਾ ਨਾਲ ਨਹੀਂ ਵਿਆਹ ਕਰਾਂਗਾ ਫਿਰ ਮਰਨ ਲਈ ਤਿਆਰ ਹੋ ਜਾ ਫਿਰ ਲੰਗੜਾ ਹੋਣ ਲਈ ਤਿਆਰ ਹੋ ਜਾ ਬੱਚਿਆ ਫਿਰ ਲੱਤਾਂ ਤੜਾਉਣ ਲਈ ਤਿਆਰ ਹੋ ਜਾ ਕਿਉਂਕਿ ਫੜਾ ਨਾਂ ਦਾ ਟਰੱਕ ਤੇਰੇ ਉੱਤੋਂ ਦੀ ਲੰਘ ਜਾਣਾ ਬੱਚਿਆ ਅੱਛਾ ਬਾਬਾ ਜੀ ਠੀਕ ਹੈ ਮੈਂ ਕੋਈ ਚੱਕਰ ਚਲਾਉਣਾ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਟਾਈਮ ਸਿਰ ਆ ਕੇ ਮੇਰੀ ਲੱਤ ਬਚਾ ਲਈ ਇਹ ਬਾਬਾ ਉੱਠ ਠੀਕ ਹੈ ਜੀ ਬੜੀ ਮਿਹਰਬਾਨੀ ਬਾਬਾ ਜੀ ਮੈਂ ਚੱਕਰ ਚਲਾਉਣਾ ਪੂਰਾ ਨਾ ਇੰਜ ਕਰਕੇ ਮੈਂ ਕੋ ਚੱਕਰ ਕੱਲਾ ਸੀਨ ਹਮਦ ਸਾਹਿਬ ਦੇ ਨਾਲ ਹੈ ਮੇਰਾ ਇੱਥੇ ਆਈਏ ਕੱਲਾ ਸੀ ਠੀਕ ਹੈ ਪਹਿਲਾਂ ਅੱਛਾ ਇਹਨਾਂ ਦੇ ਨਾਲ ਇੰਟਰੋਡਕਸ਼ਨ ਹੋ ਗਿਆ ਤੁਹਾਡਾ ਅਸੀਂ ਆਪਣੀ ਕਰਾਮਾਤ ਨਾਲ ਤਾਂ ਸਾਰਾ ਬਾਬਾ ਜੀ ਬਾਬਾ ਜੀ ਮੈਂ ਕੋ ਚੱਕਰ ਚਲਾਉਣਾ ਇਹਨਾਂ ਤੇ ਪੋਲ ਖੁੱਲ ਜਾਏਗੀ ਸਾਰੀ ਠੀਕ ਹੈ ਉਹਨਾਂ ਨੂੰ ਜੇ ਪਤਾ ਲੱਗ ਗਿਆ ਨਾ ਕਿ ਇਹ ਬਾਬਾ ਪੱਟੀ ਪੜਾ ਰਿਹਾ ਤੇ ਗੇਮ ਖਤਮ ਹੋ ਗਈ ਬਾਬਾ ਜੀ ਬਾਬਾ ਜੀ ਮੈਂ ਕੋਈ ਚੱਕਰ ਚਲਾਉਣਾ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਟਾਈਮ ਸਿਰ ਇਹ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਮੇਰੀ ਲੱਤ ਬਚਾਓ ਠੀਕ ਹੈ ਜੀ ਅੱਲਾ ਨੇ ਸ਼ਾਇਦ ਕੀਤਾ ਕੁਝ ਮੈਂ ਕਰਾਂਗਾ ਉਹ ਤੇ ਨਿਕਾਹ ਦੀ ਤਿਆਰੀ ਉਹ ਤੇ ਅੰਦਰ ਗੋਟੀ ਬਣ ਕੇ ਬੈਠੀ ਹੋਈ ਜੀ ਠੀਕ ਹੈ ਉਹ ਦਿਨ ਨਿਕਾਹ ਆ ਗਿਆ ਜੀ ਠੀਕ ਹੁਣ ਮੈਂ ਕਰਾਂ ਠੱਕ ਕਰਕੇ ਨਾ ਦੋਵੇਂ ਭਰਾ ਹੈ ਭਾਈ ਤੁਸੀਂ ਆਈਏ ਵੀ ਇੱਥੇ ਉਹ ਲੈ ਜਾਓ ਮੈਨੂੰ ਕੱਟ ਕੇ ਲੈ ਜਾਓ ਮੈਨੂੰ ਇੱਕਦਮ ਸਾਜਰ ਨਾਲ ਫਿਕਸ ਹੋ ਬਾ ਠੀਕ ਓਕੇ ਤੁਸੀਂ ਮੇਰੇ ਭਰਾਓ ਇਹ ਸੁਣ ਲਓ ਯਾਰ ਜੀ ਬੜੀ ਮਿਹਰਬਾਨੀ ਬਾਬਾ ਜੀ ਤੁਹਾਡੀ ਤੁਸੀਂ ਆਣ ਇੱਥੇ ਉਹ ਨਿਕਲ ਗਿਆ ਨਾ ਇਸ ਗੱਲ